ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਡਕੌਲੀ ਦੇ ਵਿੱਚ ਇੱਕ ਮਰਡਰ ਦਾ ਮਾਮਲਾ ਸਾਹਮਣੇ ਆਇਆ। ਤਾਂ ਦੱਸ ਦਈਏ ਕਿ ਇੱਕ 40 ਸਾਲ ਦਾ ਮੁਕੇਸ਼ ਨਾਂ ਦਾ, ਜੋ ਕਿ ਡਕੌਲੀ ਦਾ ਹੀ ਰਹਿਣ ਵਾਲਾ, ਉਹਨੂੰ ਬਹੁਤ ਹੀ ਬੇਰਹਿਮੀ ਦੇ ਨਾਲ ਮਰਡਰ ਕਰ, ਚਾਕੂਆਂ ਦੇ ਨਾਲ ਉਹਦੇ ਉੱਤੇ ਵਾਰ ਕਰ, ਉਹਨੂੰ ਗੰਦੇ ਨਾਲੇ ਦੇ ਵਿੱਚ ਸੁੱਟ ਕੇ ਜਿਹੜੇ ਵੀ ਬਦਮਾਸ਼ ਸੀਗੇ ਉਹ ਉੱਥੋਂ ਭੱਜ ਗਏ। ਹਾਲਾਂਕਿ ਅੱਜ ਸਵੇਰੇ ਜਦ ਇੱਕ ਰਾਹਗੀਰ ਨੇ ਉਹ ਦੇਖਿਆ ਤਾਂ ਪੁਲਿਸ ਨੂੰ ਇਨਫੋਰਮ ਕੀਤਾ। ਹੁਣ ਤੱਕ ਦੀ ਜਿਹੜੀ ਇਨਵੈਸਟੀਗੇਸ਼ਨ ਸਾਹਮਣੇ ਆ ਰਹੀ ਹੈ ਕਿ ਕਾਫੀ ਬੇਰਹਿਮੀ ਦੇ ਨਾਲ ਵਾਰ ਕੀਤਾ ਗਿਆ ਤੇ ਉਸਨੂੰ ਗੰਦੇ ਨਾਲੇ ਦੇ ਵਿੱਚ, ਯਾਨੀ ਕਿ ਉੱਥੇ ਜਿਹੜਾ ਰਿਕਵਰ ਹੋਇਆ ਈਂਟ ਪੱਥਰ ਜਿਹੜੇ ਖੂਨ ਤੋਂ ਲਥਪਥ ਉੱਥੇ ਰਿਕਵਰ ਵੀ ਕੀਤੇ ਗਏ ਨੇ, ਜੋ ਕਿ ਫੋਰੈਂਸਿਕ ਟੀਮ ਵੱਲੋਂ ਰਿਕਵਰ ਕਰ ਲਏ ਗਏ ਨੇ। ਲੇਕਿਨ CCTV ਵੀ ਸਾਹਮਣੇ ਆਈ ਹੈ ਜਿਹਦੇ ਵਿੱਚ ਕਾਫੀ ਦੂਰ ਦੀ CCTV ਹੈ, ਜਿਹਦੇ ਵਿੱਚ ਦਿਖ ਰਿਹਾ ਕਿ 3 ਤੋਂ 4 ਜਿਹੜੇ ਲੋਕ ਨੇ ਉਹ ਕੁੱਟਦੇ ਮਾਰਦੇ ਨਜ਼ਰ ਆ ਰਹੇ ਨੇ। ਹਾਲਾਂਕਿ ਇਹ ਪੂਰੀ ਕੀ ਹੈ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹਾਲਾਂਕਿ ਮਾਮਲਾ ਦਰਜ ਕਰ ਲਿਆ ਗਿਆ ਡਕੌਲੀ ਪੁਲਿਸ ਸਟੇਸ਼ਨ ਦੇ ਵਿੱਚ। ਹੁਣ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਕਿਉਂਕਿ ਜਿਹੜੇ ਮੁਕੇਸ਼ ਹੈ ਉਹਨਾਂ ਦੇ ਪਰਿਵਾਰ ਵੱਲੋਂ ਜਾਂ ਜਿਹੜੇ ਵੀ ਰਿਲੇਟਿਵਸ ਨੇ ਉਹਨਾਂ ਦੇ ਬਿਆਨਾਂ ਤੇ ਪਰਚਾ ਹੋਇਆ ਕਿ ਆਖਿਰ ਕਿਸੇ ਦੇ ਨਾਲ ਕੋਈ ਦੁਸ਼ਮਣੀ ਸੀ ਜਾਂ ਕਿਸ ਤਰ੍ਹਾਂ ਦੀ ਕੋਈ ਰੰਜਿਸ਼ ਸੀ, ਕਿਉਂਕਿ ਉੱਥੇ ਦਾ ਹੀ ਰਹਿਣ ਵਾਲਾ ਮੁਕੇਸ਼ ਕੀ ਕਰਦਾ ਸੀ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ। ਲੇਕਿਨ ਹੁਣ ਤੱਕ ਦੀ ਜਾਣਕਾਰੀ ਮੁਤਾਬਿਕ ਕਾਫੀ ਬੇਰਹਿਮੀ ਦੇ ਨਾਲ ਉਹਦਾ ਕਤਲ ਕੀਤਾ ਗਿਆ ਤੇ ਉਸਨੂੰ ਗੰਦੇ ਨਾਲੇ ਦੇ ਵਿੱਚ ਸੁੱਟ ਦਿੱਤਾ ਗਿਆ। ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਡਕੌਲੀ ਦੇ ਵਿੱਚ ਇੱਕ ਮਰਡਰ ਦਾ ਮਾਮਲਾ ਸਾਹਮਣੇ ਆਇਆ। ਤਾਂ ਦੱਸ ਦਈਏ ਕਿ ਇੱਕ 40 ਸਾਲ ਦਾ ਮੁਕੇਸ਼ ਨਾਂ ਦਾ, ਜੋ ਕਿ ਡਕੌਲੀ ਦਾ ਹੀ ਰਹਿਣ ਵਾਲਾ, ਉਹਨੂੰ ਬਹੁਤ ਹੀ ਬੇਰਹਿਮੀ ਦੇ ਨਾਲ ਮਰਡਰ ਕਰ, ਚਾਕੂਆਂ ਦੇ ਨਾਲ ਉਹਦੇ ਉੱਤੇ ਵਾਰ ਕਰ, ਉਹਨੂੰ ਗੰਦੇ ਨਾਲੇ ਦੇ ਵਿੱਚ ਸੁੱਟ ਕੇ ਜਿਹੜੇ ਵੀ ਬਦਮਾਸ਼ ਸੀਗੇ ਉਹ ਉੱਥੋਂ ਭੱਜ ਗਏ। ਹਾਲਾਂਕਿ ਅੱਜ ਸਵੇਰੇ ਜਦ ਇੱਕ ਰਾਹਗੀਰ ਨੇ ਉਹ ਦੇਖਿਆ ਤਾਂ ਪੁਲਿਸ ਨੂੰ ਇਨਫੋਰਮ ਕੀਤਾ। ਹੁਣ ਤੱਕ ਦੀ ਜਿਹੜੀ ਇਨਵੈਸਟੀਗੇਸ਼ਨ ਸਾਹਮਣੇ ਆ ਰਹੀ ਹੈ ਕਿ ਕਾਫੀ ਬੇਰਹਿਮੀ ਦੇ ਨਾਲ ਵਾਰ ਕੀਤਾ ਗਿਆ ਤੇ ਉਸਨੂੰ ਗੰਦੇ ਨਾਲੇ ਦੇ ਵਿੱਚ, ਯਾਨੀ ਕਿ ਉੱਥੇ ਜਿਹੜਾ ਰਿਕਵਰ ਹੋਇਆ ਈਂਟ ਪੱਥਰ ਜਿਹੜੇ ਖੂਨ ਤੋਂ ਲਥਪਥ ਉੱਥੇ ਰਿਕਵਰ ਵੀ ਕੀਤੇ ਗਏ ਨੇ, ਜੋ ਕਿ ਫੋਰੈਂਸਿਕ ਟੀਮ ਵੱਲੋਂ ਰਿਕਵਰ ਕਰ ਲਏ ਗਏ ਨੇ। ਲੇਕਿਨ CCTV ਵੀ ਸਾਹਮਣੇ ਆਈ ਹੈ, ਜਿਹਦੇ ਵਿੱਚ ਕਾਫੀ ਦੂਰ ਦੀ CCTV ਹੈ, ਜਿਹਦੇ ਵਿੱਚ ਦਿਖ ਰਿਹਾ ਕਿ 3 ਤੋਂ 4 ਜਿਹੜੇ ਲੋਕ ਨੇ ਉਹ ਕੁੱਟਦੇ ਮਾਰਦੇ ਨਜ਼ਰ ਆ ਰਹੇ ਨੇ। ਹਾਲਾਂਕਿ ਇਹ ਪੂਰੀ ਕੀ ਹੈ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹਾਲਾਂਕਿ ਮਾਮਲਾ ਦਰਜ ਕਰ ਲਿਆ ਗਿਆ ਡਕੌਲੀ ਪੁਲਿਸ ਸਟੇਸ਼ਨ ਦੇ ਵਿੱਚ। ਹੁਣ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਕਿਉਂਕਿ ਜਿਹੜੇ ਮੁਕੇਸ਼ ਹੈ ਉਹਨਾਂ ਦੇ ਪਰਿਵਾਰ ਵੱਲੋਂ ਜਾਂ ਜਿਹੜੇ ਵੀ ਰਿਲੇਟਿਵਸ ਨੇ ਉਹਨਾਂ ਦੇ ਬਿਆਨਾਂ ਤੇ ਪਰਚਾ ਹੋਇਆ ਕਿ ਆਖਿਰ ਕਿਸੇ ਦੇ ਨਾਲ ਕੋਈ ਦੁਸ਼ਮਣੀ ਸੀ ਜਾਂ ਕਿਸ ਤਰ੍ਹਾਂ ਦੀ ਕੋਈ ਰੰਜਿਸ਼ ਸੀ, ਕਿਉਂਕਿ ਉੱਥੇ ਦਾ ਹੀ ਰਹਿਣ ਵਾਲਾ ਮੁਕੇਸ਼ ਕੀ ਕਰਦਾ ਸੀ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ। ਲੇਕਿਨ ਹੁਣ ਤੱਕ ਦੀ ਜਾਣਕਾਰੀ ਮੁਤਾਬਿਕ ਕਾਫੀ ਬੇਰਹਿਮੀ ਦੇ ਨਾਲ ਉਹਦਾ ਕਤਲ ਕੀਤਾ ਗਿਆ ਤੇ ਉਸਨੂੰ ਗੰਦੇ ਨਾਲੇ ਦੇ ਵਿੱਚ ਸੁੱਟ ਦਿੱਤਾ ਗਿਆ। ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਡਕੌਲੀ ਦੇ ਵਿੱਚ ਇੱਕ ਮਰਡਰ ਦਾ ਮਾਮਲਾ ਸਾਹਮਣੇ ਆਇਆ। ਤਾਂ ਦੱਸ ਦਈਏ ਕਿ ਇੱਕ 40 ਸਾਲ ਦਾ ਮੁਕੇਸ਼ ਨਾਂ ਦਾ, ਜੋ ਕਿ ਡਕੌਲੀ ਦਾ ਹੀ ਰਹਿਣ ਵਾਲਾ, ਉਹਨੂੰ ਬਹੁਤ ਹੀ ਬੇਰਹਿਮੀ ਦੇ ਨਾਲ ਮਰਡਰ ਕਰ, ਚਾਕੂਆਂ ਦੇ ਨਾਲ ਉਹਦੇ ਉੱਤੇ ਵਾਰ ਕਰ, ਉਹਨੂੰ ਗੰਦੇ ਨਾਲੇ ਦੇ ਵਿੱਚ ਸੁੱਟ ਕੇ ਜਿਹੜੇ ਵੀ ਬਦਮਾਸ਼ ਸੀਗੇ ਉਹ ਉੱਥੋਂ ਭੱਜ ਗਏ। ਹਾਲਾਂਕਿ ਅੱਜ ਸਵੇਰੇ ਜਦ ਇੱਕ ਰਾਹਗੀਰ ਨੇ ਉਹ ਦੇਖਿਆ ਤਾਂ ਪੁਲਿਸ ਨੂੰ ਇਨਫੋਰਮ ਕੀਤਾ। ਹੁਣ ਤੱਕ ਦੀ ਜਿਹੜੀ ਇਨਵੈਸਟੀਗੇਸ਼ਨ ਸਾਹਮਣੇ ਆ ਰਹੀ ਹੈ ਕਿ ਕਾਫੀ ਬੇਰਹਿਮੀ ਦੇ ਨਾਲ ਵਾਰ ਕੀਤਾ ਗਿਆ ਤੇ ਉਸਨੂੰ ਗੰਦੇ ਨਾਲੇ ਦੇ ਵਿੱਚ, ਯਾਨੀ ਕਿ ਉੱਥੇ ਜਿਹੜਾ ਰਿਕਵਰ ਹੋਇਆ ਈਂਟ ਪੱਥਰ ਜਿਹੜੇ ਖੂਨ ਤੋਂ ਲਥਪਥ ਉੱਥੇ ਰਿਕਵਰ ਵੀ ਕੀਤੇ ਗਏ ਨੇ, ਜੋ ਕਿ ਫੋਰੈਂਸਿਕ ਟੀਮ ਵੱਲੋਂ ਰਿਕਵਰ ਕਰ ਲਏ ਗਏ ਨੇ। ਲੇਕਿਨ CCTV ਵੀ ਸਾਹਮਣੇ ਆਈ ਹੈ, ਜਿਹਦੇ ਵਿੱਚ ਕਾਫੀ ਦੂਰ ਦੀ CCTV ਹੈ, ਜਿਹਦੇ ਵਿੱਚ ਦਿਖ ਰਿਹਾ ਕਿ 3 ਤੋਂ 4 ਜਿਹੜੇ ਲੋਕ ਨੇ ਉਹ ਕੁੱਟਦੇ ਮਾਰਦੇ ਨਜ਼ਰ ਆ ਰਹੇ ਨੇ। ਹਾਲਾਂਕਿ ਇਹ ਪੂਰੀ ਕੀ ਹੈ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹਾਲਾਂਕਿ ਮਾਮਲਾ ਦਰਜ ਕਰ ਲਿਆ ਗਿਆ ਡਕੌਲੀ ਪੁਲਿਸ ਸਟੇਸ਼ਨ ਦੇ ਵਿੱਚ। ਹੁਣ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਕਿਉਂਕਿ ਜਿਹੜੇ ਮੁਕੇਸ਼ ਹੈ ਉਹਨਾਂ ਦੇ ਪਰਿਵਾਰ ਵੱਲੋਂ ਜਾਂ ਜਿਹੜੇ ਵੀ ਰਿਲੇਟਿਵਸ ਨੇ ਉਹਨਾਂ ਦੇ ਬਿਆਨਾਂ ਤੇ ਪਰਚਾ ਹੋਇਆ ਕਿ ਆਖਿਰ ਕਿਸੇ ਦੇ ਨਾਲ ਕੋਈ ਦੁਸ਼ਮਣੀ ਸੀ ਜਾਂ ਕਿਸ ਤਰ੍ਹਾਂ ਦੀ ਕੋਈ ਰੰਜਿਸ਼ ਸੀ, ਕਿਉਂਕਿ ਉੱਥੇ ਦਾ ਹੀ ਰਹਿਣ ਵਾਲਾ ਮੁਕੇਸ਼ ਕੀ ਕਰਦਾ ਸੀ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ। ਲੇਕਿਨ ਹੁਣ ਤੱਕ ਦੀ ਜਾਣਕਾਰੀ ਮੁਤਾਬਿਕ ਕਾਫੀ ਬੇਰਹਿਮੀ ਦੇ ਨਾਲ
ਉਹਦਾ ਕਤਲ ਕੀਤਾ ਗਿਆ ਅਤੇ ਉਸਨੂੰ ਗੰਦੇ ਨਾਲੇ ਦੇ ਵਿੱਚ ਸੁੱਟ ਦਿੱਤਾ ਗਿਆ। ਡਕੌਲੀ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18।